ਕੇਂਦਰ ਸਰਕਾਰ ਨੇ ਚੌਲਾਂ ਦੀ ਬਰਾਮਦ ਨੂੰ ਉਤਸ਼ਾਹਿਤ ਕਰਨ ਲਈ ਉਸਨਾ ਚੌਲਾਂ ਤੇ ਬਰਾਮਦ ਡਿਊਟੀ ਖਤਮ ਕਰ ਦਿੱਤੀ ਹੈ ਪਿਛਲੇ ਹਫਤੇ ਹੀ ਉੱਚ ਪਦਰੀ ਮੰਤਰੀ ਮੰਡਲ ਨੇ ਇਸ ਸੰਬੰਧੀ ਫੈਸਲਾ ਲਿਆ ਸੀ ਹੁਣ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਸਰਕਾਰ ਨੇ ਉਸਨਾ ਚੌਲਾਂ ਤੇ ਬਰਾਮਦ ਡਿਊਟੀ 20% ਤੋਂ ਘਟਾ ਕੇ 10% ਕਰ ਦਿੱਤੀ ਸੀ ਪਰ ਕੁਮਾਂਤਰੀ ਬਾਜ਼ਾਰ ਵਿੱਚ ਚੌਲਾਂ ਦੀ ਕੀਮਤ ਵਿੱਚ ਗਿਰਾਵਟ ਅਤੇ ਦੇਸ਼ ਵਿੱਚ ਪਹਿਲਾਂ ਹੀ ਮੌਜੂਦ ਚੌਲਾਂ ਦੇ ਲੋੜਿੰਦੇ ਸਟਾਕ ਨੂੰ ਧਿਆਨ ਚ ਰੱਖਦੇ ਆ ਸਰਕਾਰ ਨੇ ਉਸਨਾ ਚੌਲਾਂ ਤੇ ਬਰਾਮਦ ਡਿਊਟੀ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤਾ ਹੈ ਕੁਝ ਦਿਨ ਪਹਿਲਾਂ ਹੀ ਭਾਰਤੀ ਚੌਲਾਂ ਦੀ ਬਰਾਮਦਕਾਰ ਫੈਡਰੇਸ਼ਨ ਨੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕਰਕੇ ਚੌਲਾਂ ਤੇ ਬਰਾਮਦ ਡਿਊਟੀ ਖਤਮ ਕਰਨ ਦੀ ਮੰਗ ਕੀਤੀ ਸੀ ਜਿਸ ਮਗਰੋਂ ਕੇਂਦਰ ਸਰਕਾਰ ਨੇ ਮੰਤਰੀਆਂ ਤੇ ਆਧਾਰਿਤ ਉੱਚ ਤਾਕਤ ਦੀ ਕਮੇਟੀ ਦਾ ਗਠਨ ਕੀਤਾ ਸੀ ਬਾਜ਼ਾਰ ਮਾਇਰਾਂ ਦਾ ਮੰਨਣਾ ਹੈ ਕਿ ਉਸਨਾ ਚੌਲਾਂ ਤੇ ਬਰਾਮਦ ਡਿਊਟੀ ਖਤਮ ਹੋਣ ਨਾਲ ਕੁਮਾਂਤਰੀ ਬਾਜ਼ਾਰ ਚ ਭਾਰਤੀ ਚੌਲਾਂ ਦੀ ਕੀਮਤ ਹੇਠਾਂ ਆ ਜਾਵੇਗੀ ਜਿਸ ਨਾਲ ਚੌਲਾਂ ਦੀ ਬਰਾਮਦ ਚ ਵਾਧਾ ਹੋਵੇਗਾ ਜਿਸ ਦੇ ਚੱਲਦਿਆਂ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋਵੇਗਾ ਸਗੋਂ ਚੌਲਾਂ ਦੇ ਵਪਾਰੀਆਂ ਦੀ ਆਮਦਨ ਵੀ ਵਧੇਗੀ ਇਸ ਨਾਲ ਸਰਕਾਰੀ ਗੋਦਾਮਾਂ ਵਿੱਚ ਚੌਲਾਂ ਦੀ ਸਟੋਰੇਜ ਅਤੇ ਰੱਖ-ਰਖਾਅ ਤੇ ਹੋਣ ਵਾਲੇ ਖਰਚੇ ਵੀ ਘਟਣਗੇ